अम्मा अम्मा मैं जांदा पिया लाहौर और जेरे तेल पया आना वो बेचने आन ते मैं लाहौर जांदा पिया उम्मीद ते मैं कल नु हटे उसा जे कल ना ना हटया ते मैं परसों आ जासा चंगा चलो ठीक है मेरा पुत्र अल्लाह खैर नाल ले जाए ते जान का ज्ञान रानी मेरी दी रानी दिवे ने मेरी दी तेरा बिरा मांग किया है को रोटी टुकर दा कर लवी है नाश्ते पानी दा उठी वाटा गोमते मैं बाखर दे ला उठ बा मेरी दी उठी अल्लाह तैनु सुख देवे अम्मी मेरे तो नहीं आंदा काम मेरे सारे बहु पीड़ हो रही है मेरे तो नहीं आंदा काम मैं नहीं कर सकती चलो ठीक है मां ना करे नहीं मेरी दी अल्लाह खैर ना ला जावे मेरे पुत्र नूं गया तिल वेचण खैर ना लावे ते खैर ना जा हवाले रख दे निगरान अज मेरी धी दे सिर नूं पता नहीं पीड़ क्यों चढ़ गई हुण तक भी कदी ना आई आई पता नहीं बालड़ी नजरी गई होवे तां नजरी बालन लग जांदी तू खून दे चौके पता नहीं किदू साडे घर आ गए मेरी धी नूं तां दुख भी कदी ना आई होया तां चानो दुख हो गया रानी मेरी धी रानी दिवे ना मेरी धी साडे घर खून दे चौके ही चौके होए पए ने पता नहीं की बन गया ते की सानू हो गया पता नहीं की सत्थे जुलम गछ गया मेरी धी ठीले वेखे ना भला साडे घर च हाँ साडे घर दे विच ऐ की कह रही अम्मी मैं ठीक पियानी है मेरी धी मेरा तां मुंह चला विच ही नहीं रहा ਭਲਾ ਕੌਣ ਕਰ ਸਕਦਾ ਹੈ ਅੱਲਾ ਜਾਣੇ ਮੇਰੀ ਧੀ ਕਿਹਨ ਦਾ ਤਖਤਾ ਚੀਨਿਆ ਤੇ ਕਿਸ ਕੀਤਾ ਸਾਡੇ ਨਾਲ ਅਮੀ ਇਹ ਤੇ ਕਿਸੇ ਨੇ ਜਾਦੂ ਕੀਤਾ ਪੱਕ ਨਾਲ ਕੌਣ ਸਾਡਾ ਦੁਸ਼ਮਣ ਹੈ ਕੋਈ ਪਤਾ ਨਹੀਂ ਹੁਣ ਮੇਰੀ ਧੀ ਕੀ ਕਰੀ ਹੋ ਰੱਬਾ ਜੀ ਅਮੀ ਹੁਣ ਕੀ ਕਰੀਏ ਮੈਨੂੰ ਤਾਂ ਡਰ ਲੱਗ ਰਿਹਾ ਜੀ ਮੇਰੀ ਡਰ ਤਾਂ ਮੈਨੂੰ ਵੀ ਲੱਗ ਰਿਹਾ ਪਰ ਮੋਬਾਈਲ ਕਿਤੇ ਮਾਮੇ ਨੂੰ ਫੋਨ ਕਰ ਉਹਨੂੰ ਸਦਾ ਉਹਨੂੰ ਆ ਸਾਡੇ ਘਰ ਹੀ ਖੂਨ ਦੇ ਛਿੱਟੇ ਆਏ ਪਏ ਚਲੋ ਕੋਈ ਇਹਦਾ ਮਸਲਾ ਹੱਲ ਕਰੀਏ ਮੈਂ ਫੋਨ ਲੈ ਕੇ ਆ ਰਹੀ ਹਾਂ ਅਮੀ ਨੰਬਰ ਮਿਲਾ ਕੇ ਮੈਂ ਦੇਣੀ ਆ ਤੇ ਆਪੇ ਹੀ ਗੱਲ ਕਰ ਲਿਓ ਮਾਮੇ ਨਾਲ ਹੈਲੋ ਬੈਲ ਜਾ ਰਹੀ ਹੈ ਹੈਲੋ मेरा बिरा किथे है मेरा बिरा मैं बड़ी परेशान होई खलोती हाँ ते साडे जेड़ा घर दे विच ना लहू दियां छिणकां आईयां ते साडे मेरी धी वी छोटी दुखी हो गई है राणी ते और आ को मसला इंदा हल करिए मैं मेरा बिरा बहुत परेशान आ जा ठीक है चलो आंदा पिया आंदा मंदा पिया चलो ठीक है।
ਮੇਰੀ ਦੀ ਮੈਂ ਤਾਂ ਬੜੀ ਪਰੇਸ਼ਾਨ ਹੋ ਗਈ ਆ, ਪਤਾ ਨਹੀਂ ਯਕ ਤਰਫਾ ਕਿਹਦੀ ਛਿੱਟਾਂ ਆ ਗਈਆਂ ਸਾਡੇ ਘਰ। ਕਦੀ ਵੀ ਨਹੀਂ ਹੋਇਆ। ਕੀ ਹਾਲ ਹੈ ਮਾਮਾ? ਖੈਰ ਅੱਲਾ ਦੀ, ਤੁਸੀਂ ਸੁਣਾਓ ਤੇ ਕਿਹੜਾ ਘੋਰਤਾ ਆ ਅੱਜ ਤੁਸੀਂ? ਮੇਰਾ ਬਿਰਾ ਘੋਰ ਕਿਹੜਾ ਹੀ ਦੇਲਾ, ਬੰਦਾ ਕੰਮ ਵਿੱਚ ਮਸਰੂਫ ਆ ਹੀ ਪਤਾ ਨਹੀਂ। ਖੂਨ ਦੀਆਂ ਛਿੱਟਾਂ ਸਾਡੇ ਵੇੜੇ ਆਈਆਂ, ਮੈਂ ਤਾਂ ਉਸ ਤੋਂ ਘਬਰੀ ਗਈ ਆ। ਮੇਰੀ ਦੀ ਵੀ ਛੋਦੀ ਪਰੇਸ਼ਾਨ ਹੋ ਗਈ ਤੇ ਮੈਂ ਆਪ ਪਰੇਸ਼ਾਨ ਹੋ ਗਈ, ਹੁੰਦੇ ਸਿਰ ਨੂੰ ਵੀ ਪੀੜ ਕਦੇ ਆਈ, ਸਿਰ ਨੂੰ ਦੰਮੀ ਨਾਲ ਉੱਠਦਾ ਨਾਲ ਮੈਂ ਪਾਇਆ ਤੇ ਪੀੜ ਹੋ ਪਈ ਇਸ। ਹਲ ਕਰ ਲੈਨੇ ਉਹ ਮੇਰਾ ਇੱਕ ਵੇਲੀ ਹੈ ਸ਼ਮਾ, ਉਹਨਾਂ ਦਾ ਇੱਕ ਪੀਰ ਹੈ, ਧਿਆਨ ਦੇਣ ਬੜਾ ਜਿਹੜਾ ਨਾ ਕਰਨੀ ਵਾਲਾ, ਤੇ ਉਹੀ ਹੋ ਜਾ ਨਾ ਮਸਲਾ ਜਾਣਦਾ ਹੈ, ਮੈਂ ਉਹਦੇ ਨਾਲ ਕਰਨਾ ਕਈ ਗੱਲ ਬਾਤ। ਖੁਦਾ ਉਠੀਓ ਜਾਦੂ ਟੋਣੇ ਵਾਸਤੇ ਨਾ ਹੈ ਕੀ ਕਹਿਣ ਹੈ, ਉਹਦੇ ਵੱਲ ਚਲੀਏ, ਉਠੀਓ ਉਠੀਓ ਆਹ। ਅਸਲਾਮੁ ਅਲੈਕੁਮ ਵਰਹਿਮਤੁਲਲਾਹ। ਬਿਸਮਿਲ੍ਲਾ ਬਾਬਾ ਜੀ। ਅਸਲਾਮੁ ਅਲੈਕੁਮ। ਬਾਬਾ ਜੀ ਕੀ ਹਾਲ ਚਾਲ ਹੈ? ਖੈਰ 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 ਖੈਰ। ਬਾਬਾ ਸਾਈਂ ਜੀ ਮੇਰਾ ਬੱਚਾ ਹਜੀ ਮੈਂ ਜੀ ਨਾਲ ਸਾਡੇ ਘਰ ਲਹੂ ਦੀਆਂ ਛਿਣਕਾਂ ਆਈਆਂ ਤੇ ਮੇਰੇ ਬੱਚੇ ਮੈਂ ਤੁਹਾਡੇ ਨਾਲ ਤਾਂ ਜ਼ੁਲਮ ਹੋਇਆ ਹੋਇਆ, ਕਾਲਾ ਜਾਦੂ ਕਿਸੇ ਕੀਤਾ ਹੈ ਤੇ ਤੁਹਾਡਾ ਤਾਂ ਅਖੀਰ ਕਰ ਦਿੱਤਾ, ਤਾਂ ਸਿਰ ਮਾਰੂ ਆਨੇ ਗੁੱਡੀ ਬਣਾ ਕੇ ਆਏ ਪਟੋਲੇ ਦੀ, ਉਹਦੇ ਅੱਖੀਆਂ 'ਚ ਸੂਈਆਂ, ਉਹਦੇ ਸੀਨੇ 'ਚ ਸੂਈਆਂ ਅਤੇ ਕਬਰ ਦੇ ਵਿੱਚ ਤੁਬੀ ਹੋਈ ਨੇ, ਇਹਦਾ ਸਿਰ ਮਾਰਿਆ ਹੋਇਆ ਜੀ। ਮੈਂ ਦਮ ਕਰੇਨਾ ਟਰਾਇ ਦਮ ਤੁਸਾਂ ਨੇੜੂ ਰੱਖਾਂ ਮਣੇ ਅਤੇ ਹੁਣ ਵੀ ਦਮ ਰੱਖਣਾ, ਅੱਲਾ ਕਰੇ ਸੀ ਖੈਰ ਹੋ ਜਾ ਸੀ। ਰਾਮ ਮੇਰਾ ਬੱਚਾ ਕੋਈ ਆਰਾਮ ਆਇਆ? ਹਾਂ ਆਰਾਮ ਹੈ ਹੁਣ ਤੇ। ਖੈਰ ਹੋ ਜਾ ਸੀ, ਹੁਣ ਜਾਓ, ਸਵੇਰ ਤੁਸੀਂ ਮੋੜ ਆਉਣਾ ਹੈ। ਹਾਂਜੀ। ਤੇ ਕਾਕਾ ਤੇਰੇ ਆਉਣ ਦੀ ਕਾਹ ਨਹੀਂ ਲੋੜ, ਪਰੇਸ਼ਾਨ ਨਾ ਹੋ, ਅੱਲਾ ਖੈਰ ਕਰੇ ਸੀ। ਬੱਚੀਆਂ ਆ ਜਾਵਣ, ਦਮ ਰਖਾਈ ਰੱਖਣ, ਕੋਈ ਮਸਲਾ ਨਹੀਂ, ਤੂੰ ਆਪਣਾ ਕਾਰ ਜਿਹੜਾ ਕਰਨਾ। ਠੀਕ ਹੈ ਜੀ। ਮੈਂ ਤਾਂ ਆਪ ਕੰਮਾਂ ਵਾਲਾ ਬੰਦਾ ਹਾਂ, ਮੈਂ ਇਹਨਾਂ ਦੇ ਮਗਰ ਇਹਨਾਂ ਤਾਂ ਸਿਰ ਤੇ ਬਾਂਹ ਕਰ ਲਈ। ਠੀਕ ਹੈ ਜੀ। ਠੀਕ ਹੈ ਬਜ਼ੁਰਗ, ਮੇਰਾ ਪੋਤਰ ਮੁੜ ਤੂੰ ਬਹਿ ਘਰ ਤੇ ਮੈਂ ਜਾਵਾਂ ਤੇਰੀ ਭੈਣ ਨੂੰ ਦਮ ਕਰਾਵਾਂ, ਜੇ ਤੈਥੋਂ ਪਿੱਛੇ ਸਾਥੇ ਬੜਾ ਦਰਜ ਹੋ ਗਿਆ ਆ, ਤੂੰ ਇੱਥੋਂ ਨਿਕਲਿਆ ਨਾ ਕਰੂੰ, ਉਦੋਂ ਸਾਡੇ ਘਰ ਖੂਨ ਦੇ ਛਿੱਟੇ ਆਨੇ, ਆ ਸਾਰੇ ਖੂਨ ਦੇ ਵਿਹੜੇ ਦੇ ਵਿੱਚ ਸਾਰੇ ਦੇ ਵਿੱਚ ਖੂਨ ਹੀ ਖੂਨ ਆਇਆ, ਤੇ ਅੱਜ ਹੁਣ ਅਖੀਰਲਾ ਦਮ ਮਹਿਸੂਸ ਕਰਨਾ ਤੇ ਕੜਾ ਵੀ ਉਸ ਰੱਖਣਾ, ਉਸ ਆਖਿਆ ਕੜਾ ਰੱਖਣਾ ਤੇ ਆਵਿਆ ਟਾਈਮ ਨਾਲ, ਹੁਣ ਮੈਂ ਦਮ ਕਰਾਈ ਆਵਾਂ ਤੇ ਤੂੰ ਬਹਿ। ਮੈਂ ਵੀ ਤੁਹਾਡੇ ਨਾਲ ਚੱਲਣਾ, ਉਹ ਕਿਹੜਾ ਪੀਰ ਜਿਹੜਾ ਦਾ ਮੈਂ ਕੜਾ ਰੱਖ ਕੇ ਤੇ ਦਮ ਕਰਨਾ, ਔਰ ਵਾਜਿਆ ਔਖਾ ਚੱਲ। ਬੜੇ ਅੱਜ ਦੇ ਪੀਰ ਅੰਮਾ ਫਰਾੜੀਏ ਹੈ ਨੂੰ? ਨਹੀਂ ਮੇਰਾ ਪੁੱਤ ਫਰਾੜੀਏ ਕੋਈ ਨਹੀਂ, ਬੜਾ ਕਰਮਾ ਵਾਲਾ ਪੀਰ ਹੈ ਤੇ ਤੂੰ ਚੱਲ ਲਗਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ।
ਬਹੁ ਬਹੁ ਬੱਚੇ ਬਹੁ ਬਹੁ ਬਹਿ ਜਾਓ ਬਹਿ ਜਾਓ। ਬੱਚੇ ਦੇ ਵੀ ਲੇਖ ਬੱਧੇ ਹੋਣ। ਤੇਰੇ ਰੰਗੇ ਪੀਰ ਸਾਹਿਬ ਵੇਖੇ ਨੇ, ਕੂੜ ਨਾ ਮਾਰ। ਬਸਮ ਹੋ ਜਾਸੇ, ਸੜ ਕੇ ਸੁਆਹ ਹੋ ਜਾਸੇ, ਮੇਰੇ ਨਾਲ ਮੱਥਾ ਪੈ ਲੈਣਾ ਪੀਰ ਨਾਲ। ਚੁੱਪ ਕਰ ਜਾ। ਕਾਕਾ ਤੇਰੇ ਘਰ ਚ ਲਹੂ ਦੀਆਂ ਛਿੰਡਕਾਂ, ਪੁੱਛ ਲੈ ਮਾਂ ਤੂੰ। ਉਹ ਬੱਚੀ ਤੂੰ ਪੁੱਛ, ਮੈਂ ਕਿਵੇਂ ਡੱਕਿਆ, ਕਿਵੇਂ ਦਮ ਰੱਖੇ। ਤੂੰ ਪੀਰ ਹੈ, ਮੈਂ ਤਾਂ ਇੱਥੋਂ ਵੀ ਵੱਡਾ ਪੀਰ ਹਾਂ। ਸਮਝ ਆਈ ਨਾ ਗੱਲ ਦੀ? ਮੈਂ ਤੇਰੇ ਰੰਗੇ ਪੀਰਾਂ ਦੇ ਨਾ ਹੋਰ ਕੀ ਕਰ ਛੱਡਣਾ। ਦੁੱਖੇ ਬਾਸ ਫਰਾੜ ਤੇ ਇੱਥੋਂ ਵੱਡਾ ਹੈ ਇਦੂ ਵੇ ਆ ਪੀਰ ਪਿਆ। ਸਿੱਧੀ ਗੱਲ ਕਰ, ਗੱਲ ਕਰ ਸਿੱਧੀ, ਕਿਉਂ ਤੂੰ ਆਵਾਮ ਨੂੰ ਦੁੱਖੇ 'ਚ ਰੱਖਿਆ ਹੋਏ ਫਿਰ ਨਾ। ਹਾਂ ਮਹਾਰਾਜ, ਨਹੀਂ ਮਾਰੀ ਨਹੀਂ ਦਿੰਦਾ ਸੈਨਾ, ਸਾਰੀ ਗੱਲ ਦੱਸਣ। ਮੈਂ ਕੋਈ ਪੀਰ ਸ਼ੀਰ ਨਹੀਂ, ਉਹ ਮੈਂ ਐਵੇਂ ਡੋਂਗ ਰਚਾਏ ਬਿਨਾਂ ਢਿੱਡ ਭਰਨ ਵਾਸਤੇ ਰੋਜ਼ੀ ਬਣਨ ਵਾਲਾ। ਕੋਈ ਪੀਰ ਸ਼ੀਰ ਨਹੀਂ, ਮੈਂ ਸਾਰਾ ਕੂੜ ਦਾ ਕੰਮ ਕਰਨਾ। ਉੱਠੀਓ ਚਲੋ, ਇਹ ਸਾਰਾ ਕੂੜ ਦਾ ਬਹਾਨਾ ਬਣਾਇਆ ਹੋਇਆ ਹੈ ਔਰ ਵਜਿਓ। ਬਹੁਤ ਰੋਟੀ ਆਈ ਆ ਮੇਰਾ ਪੋਦਰ ਪੀਰ ਵੀ, ਇਹ ਤੈਨੂੰ ਕਿਵੇਂ ਪਤਾ ਲੱਗ ਗਿਆ? ਓਏ ਅੰਮਾ, ਜਿਹੜੇ ਦੇ ਮੈਂ ਤੇਲ ਵੇਚਣ ਗਿਆ ਨਾ, ਹਾਂਜੀ, ਜਿਹੜਾ ਗੱਟੂ ਤਿਰਾਂ ਵਾਲਾ ਮਚਾਇਆ ਅੰਦਰੋਂ, ਉਹ ਮੈਂ ਲੇਰ ਉਹਦੇ ਉੱਤੇ ਬੰਨੀ ਹੈ, ਉਹ ਆਇਆ ਇਤਨੀ ਸਾਰੀ ਵੱਧ ਗਈ। ਉਹ ਛੁਰੀ ਨਾਲ ਕੱਟਣ ਲੱਗਾ ਤਾਂ ਮੇਰੀ ਉਂਗਲ 'ਤੇ ਛੁਰੀ ਲੱਗ ਗਈ। ਉਹ ਮੈਂ ਇੱਥੋਂ ਹੀ ਟੁਰਦਾ ਗਿਆ ਕੋਠੇ ਦੇ ਵਿੱਚ, ਮੈਂ ਕਹਿੰਦੇ ਉੱਤੇ ਟਾਕੀ ਬਣਨਾ, ਉਹ ਖੂਨ ਆਇਆ। ਸਾਨੂੰ ਕਿਹੜਾ ਫੁੱਲੀ ਗੱਤੀ ਰੱਖਿਆ ਬੇਈਮਾਨ, ਤਰੋਟੀ ਬੇਈਮਾਨ ਤੇ ਓੜ ਕੇ ਸਾਨੂੰ ਤਾਂ ਘਬਰਾ ਛੱਡਿਆ ਨੀ। ਤੂੰ ਤੇ ਸਿਆਣੀ ਵਿਆਣੀ ਆ ਏ। ਉਹ ਮੇਰਾ ਕੋਈ ਕਸੂਰ ਨਹੀਂ, ਮੈਂ ਤੇ ਅੰਮੀ ਦੇ ਆਖੇ ਲੱਗ ਗਈ, ਮੈਨੂੰ ਤੇ ਪਤਾ ਹੈ, ਮੈਂ ਤਾਂ ਪੜ੍ਹੀ ਲਿਖੀ ਆ। ਇਹ ਤੇ ਮੈਂ ਅੰਮੀ ਦੇ ਆਖੇ ਲੱਗ ਗਈ ਤੇ ਮੈਂ ਵੀ ਡਰ ਗਈ, ਮੈਂ ਪਰੇਸ਼ਾਨ ਹੋ ਗਈ। ਇਹੋ ਜਿਹੇ ਫਰਾਡੀ ਜਿਹੜੇ ਪੀਰ ਹੁੰਦੇ ਨਾ, ਇਹਨਾਂ ਦਾ ਤੇ ਐਤਬਾਰ ਕਰਨਾ ਹੀ ਨਹੀਂ ਚਾਹੀਦਾ, ਮੈਨੂੰ ਤਾਂ ਅੱਜ ਪਤਾ ਲੱਗ ਗਿਆ। السلام علیکم جی، میں اور امشا حسین، کیسے ہیں آپ سب لوگ؟ امید کرتی ہوں کہ آپ سب لوگ خیریت سے ہوں گے، خوش ہوں گے۔ تو جی، کیسی لگی ہماری یہ جعلی پیر والی سٹوری آپ کو؟ دیکھیے، بتانے کا مقصد یہ تھا کہ ہر جگہ پہ آپ لوگ دیکھیں، آپ کو یہ چیز دیکھنے کو ملتی ہے، دیہات ہو گیا، گاؤں، شہر، محلے وغیرہ میں، یہ جعلی پیر یہ اپنی دکانداری چلانے کے لیے نا اس طریقے سے ڈھونگ رچاتے ہیں۔ ٹھیک ہے، اگر آپ کے ساتھ کچھ بھی ایسا ویسا ہے تو آپ لوگ کیوں پیروں کے پاس بھاگ پڑتے ہیں؟ دیکھیے، وہ اللہ کی ذات ہے، مانگنا ہے تو اس سے مانگے۔ آپ لوگ پیروں کے پاس بھاگ پڑتے ہیں، یہ پیر ویر کچھ نہیں ہوتے ہیں، پیر ہیں لیکن جو کامل پیر ہوتے ہیں ان کو ماننا چاہیے۔ یہ ڈھونگی پیر ہوتے ہیں، یہ اسی طریقے سے فراڈ یا یعنی کہ فراڈ کرتے ہیں آپ لوگوں کے ساتھ۔ یہی آپ کو دکھایا ہم لوگوں نے کہ ان لوگوں سے بچے آپ لوگ۔ یہ آپ کو یعنی کہ ہم نے بتایا، بتانے کا مقصد یہ تھا کہ نقصان بھی ہو سکتا ہے یہ، تو آپ لوگ ان سے جتنا ہو سکے بچیں۔ تو اگر آپ کو ہماری یہ اسٹوری اچھی لگی ہو تو آپ نے لازمی کمنٹ باکس میں بتانا ہے، اور یہ جو ہماری سٹوری ہے وہ اوکے پروڈکشن پر ریلیز ہوگی، آپ نے کمنٹ میں اچھی طرح بتانا ہے۔ اور اگر آپ کو یہ سٹوری اچھی لگی ہو تو لازمی آپ نے اس کو شیئر کرنا ہے۔ تو جاتے جاتے اوکے پروڈکشن، اوکے اوکے۔